ਕਲਕੱਤਾ ਦੇ ਵਿੱਚ ਯੂਥ ਕਾਂਗਰਸ ਦੀ ਵੱਡੀ ਰੈਲੀ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰ ਇੱਥੇ ਮੋਗਾ ਪਹੁੰਚਣਗੇ। ਦੱਸੇ ਕਿ ਮੋਗਾ ਯੂਥ ਕਾਂਗਰਸ ਦੇ ਪ੍ਰਧਾਨ ਸਨ ਸਥਾਨਕ ਲੀਡਰਸ਼ਿਪ ਵੀ ਇਸ ਰੈਲੀ ਦੇ ਵਿੱਚ ਮੌਜੂਦ ਰਹੇਗੀ। ਕਿਸਾਨੀ, ਰੇਤ ਮਾਫੀਆ ਤੇ ਨਸ਼ਿਆਂ ਦੇ ਸਣੇ ਕਈ ਮੁੱਦਿਆਂ ਤੇ ਇੱਥੇ ਚਰਚਾ ਹੋਵੇਗੀ ਤੇ ਯੂਥ ਕਾਂਗਰਸ ਦਾ ਡੋਰ ਟੂ ਡੋਰ ਪ੍ਰਚਾਰ ਸ਼ੁਰੂ ਹੋ ਚੁੱਕਿਆ। ਮੋਗਾ ਯੂਥ ਕਾਂਗਰਸ ਦੇ ਪ੍ਰਧਾਨ ਸਣੇ ਸਥਾਨਕ ਲੀਡਰਸ਼ਿਪ ਇਸ ਰੈਲੀ ਦੇ ਵਿੱਚ ਮੌਜੂਦ ਰਹੇਗੀ ਤੇ ਮੋਗਾ ਦੇ ਵਿੱਚ ਯੂਥ ਕਾਂਗਰਸ ਦੀ ਅੱਜ ਵੱਡੀ ਰੈਲੀ ਵੇਖਣ ਨੂੰ ਮਿਲੇਗੀ। ਮੋਗਾ ਯੂਥ ਕਾਂਗਰਸ ਦੇ ਪ੍ਰਧਾਨ ਸਣੇ ਸਥਾਨਕ ਲੀਡਰਸ਼ਿਪ ਇਸ ਰੈਲੀ ਦਾ ਹਿੱਸਾ ਬਣੇਗੀ। ਕਿਸਾਨੀ, ਰੇਤ ਮਾਫੀਆ ਤੇ ਨਸ਼ੇ ਸਣੇ ਕਈ ਮੁੱਦਿਆਂ ਤੇ ਇਸ ਰੈਲੀ ਦੇ ਵਿੱਚ ਚਰਚਾ ਕੀਤੀ ਜਾਵੇਗੀ। ਦੱਸਦੇ ਕਿ ਯੂਥ ਕਾਂਗਰਸ ਦਾ ਡੋਰ ਟੂ ਡੋਰ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ। ਸਾਡੀ ਨੌਜਵਾਨਾਂ ਦੀ ਜਿਹੜੀ ਟੀਮ ਹੈ ਉਹ ਡੋਰ ਟੂ ਡੋਰ ਜਾਊਗੀ ਔਰ 24 ਦੀਆਂ ਜਿਹੜੀਆਂ ਚੋਣਾਂ ਉਹਦੀ ਕੈਂਪੇਨ ਸਟਾਰਟ ਕਰੂਗੀ ਔਰ ਜਿਹੜੇ ਮੇਨ ਤਿੰਨ ਇਸ਼ੂਜ਼ ਹੈ ਅਸੀਂ ਕੈਂਪੇਨ ਦਾ ਨਾਂ ਦਿੱਤਾ ਜੈ ਜਵਾਨ ਜੈ ਕਿਸਾਨ ਅਤੇ ਜੈ ਨੌਜਵਾਨ। ਜੈ ਜਵਾਨ ਇਸ ਲਈ ਕਿਉਂਕਿ ਅਗਨੀਵੀਰ ਸਕੀਮ ਨਾਲ ਸਾਡੇ ਨੌਜਵਾਨਾਂ ਦੀ ਜਿਹੜਾ ਰੁਜ਼ਗਾਰ ਪੱਕਾ ਰੁਜ਼ਗਾਰ ਹੈ ਉਹਦੇ 'ਤੇ ਬੜਾ ਵੱਡਾ ਸਵਾਲ ਖੜ੍ਹਾ ਕਰਤਾ ਹੈ ਮੋਦੀ ਸਰਕਾਰ ਨੇ। ਦੂਜਾ ਜਿਹੜਾ ਜੈ ਜਵਾਨ ਜੈ ਕਿਸਾਨ ਇਸ ਲਈ ਕਿ ਕਿਸਾਨ ਆਪਣੇ ਹੱਕਾਂ ਲਈ ਅੱਜ ਬੈਠੇ ਨੇ ਜਾਂ ਇਦੋਂ ਪਹਿਲਾਂ ਵੀ ਗਏ। 700 ਕਿਸਾਨ ਉਦੋਂ ਸ਼ਹੀਦ ਹੋਏ, 6 ਤੋਂ ਬਾਅਦ ਹੁਣ ਕਿਸਾਨ ਸ਼ਹੀਦ ਹੋ ਗਏ ਨੇ ਔਰ ਕਿਸਾਨੀ ਔਰ ਪੰਜਾਬ ਦੀ ਜਿਹੜੀ ਗੱਲ ਹੈ ਉਹ ਕਾਂਗਰਸ ਪਾਰਟੀ ਔਰ ਹੁਣ ਯੂਥ ਕਾਂਗਰਸ ਅਸੀਂ ਘਰ ਘਰ ਲੈ ਕੇ ਜਾਵਾਂਗੇ। ਸਾਰੇ ਬਲਾਕ ਪ੍ਰਧਾਨ ਨਿਯੁਕਤ ਕਰ ਦਿੱਤੇ ਨੇ, ਉਹਨਾਂ ਨੂੰ ਪਿੰਡਾਂ ਦੀਆਂ ਡਿਊਟੀਆਂ ਲਾ ਕੇ ਇਸ ਤੋਂ ਅੱਗੇ ਪਿੰਡ ਡੋਰ ਟੂ ਡੋਰ ਭੇਜੇ ਜਾਂਦੇ।